लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। पिर मोही रंग लाए उस पिर ने मोह ली, रंग लाए प्रेम दा रंग चाड़ दिता। ਮਨ ਤਨ ਸਾਚ ਵਿਕਸਿਆ ਕੀਮਤ ਕਹਿਣ ਨਾ ਜਾਏ। ਇਹ ਮਨ ਵੀ ਤੇ ਤਨ ਵੀ ਸੱਚ ਦੁਆਰਾ ਵਿਕਸ ਗਿਆ, ਖਿੜ ਗਿਆ, ਪਵਿੱਤਰ ਹੋ ਗਿਆ, ਕਹਿੰਦੇ ਵਿਕਸ ਗਿਆ, ਵਿਕਾਸ ਗਿਆ, ਵਿਕਾਸ ਵਿੱਚ ਹੋ ਗਿਆ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ, ਉਹਦੇ ਨਾਮ ਵਿੱਚ ਭਿੱਜ ਕੇ ਮਨ ਆਨੰਦ ਵਿੱਚ ਹੈ, ਖੇੜੇ ਵਿੱਚ ਹੈ, ਕੀਮਤ ਕਹਿਣ ਨਾ ਜਾਏ। ਉਸ ਦੀ ਕੀਮਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹਰ ਵਾਰ ਘਰ ਸੁਹਾਗਣੀ ਨਿਰਮਲ ਸਾਚਾ ਨਾਏ, ਹਰ ਵਾਰ ਘਰ ਸੁਹਾਗਣੀ, ਉਹ ਸੁਹਾਗਣਾ ਜਿਨ੍ਹਾਂ ਦੇ ਘਰ ਉਹ ਮਾਲਕ ਹਮੇਸ਼ਾ ਰਹਿੰਦਾ, ਵੱਸਦਾ, ਹਿਰਦੇ ਵਿੱਚ ਸਮਾਇਆ ਰਹਿੰਦਾ। ਨਿਰਮਲ ਸਾਚਾ ਨਾਏ, ਉਹ ਨਿਰਮਲ ਨੇ ਸੱਚ ਦੇ ਨਾਮ ਨਾਲ ਭਿੱਜੀਆਂ ਹੋਈਆਂ ਨੇ ਉਹ ਜੀਵਾਤਮਾ, ਉਹ ਅੰਦਰੋਂ ਬਾਹਰੋਂ ਪਵਿੱਤਰ ਨੇ, ਜਿਹਨੂੰ ਤੀਜੇ ਪਾਤਸ਼ਾਹ ਬਾਣੀ ਵਿੱਚ ਪਰਮਾਉਂਦੇ ਨੇ, ਅੰਦਰੋਂ ਨਿਰਮਲ ਬਾਹਰੋਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਈ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜੀ ਨੇ ਖੱਟਿਆ ਭਲੇ ਸੇਵਣ ਜਾਰੇ। ਉਹਨਾਂ ਦੀ ਗੱਲ ਕਰਦੇ ਪਏ ਨੇ ਮਹਾਰਾਜ, ਉਹ ਅੰਦਰੋਂ ਨਿਰਮਲ ਨੇ, ਸਹੀ ਮਹਾਰਾਜ ਪਵਿੱਤਰ ਨੇ। ਮਨ ਮੈਂ ਮਨੁਆ ਜੇ ਮਰੈ ਤਾਂ ਪਿਰ ਰਾਵੈ ਨਾਰ, ਜਦੋਂ ਮਨ ਮੈਂ ਮਨੁਆ ਜੇ ਮਰੈ, ਜਦੋਂ ਮਨ ਦੀਆਂ ਇਛਾਵਾਂ ਮਨ ਵਿੱਚ ਖਤਮ ਹੋ ਜਾਣ, ਮਨ ਮੰਨ ਗਿਆ ਇਸ ਗੱਲ ਨੂੰ ਕਿ ਇਹ ਇਛਾਵਾਂ ਤੂੰ ਫਾਲਤੂ ਦੀਆਂ ਪਾਲੀ ਬੈਠਾ। ਦਾਸ ਨੇ ਸ਼ਾਇਦ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਇਸ ਗੱਲ ਦੀ ਕਿ ਕਿਸਾਨ ਜਦੋਂ ਬੀਜ ਪਾਉਂਦਾ, ਉਹ ਧਰਤੀ ਨੂੰ ਸਾਧਦਾ, ਧਰਤੀ ਦੀ ਸਫਾਈ ਕਰਕੇ, ਉਹਨੂੰ ਪੱਧਰ ਕਰਕੇ, ਉਹ ਚ ਫਾਲਤੂ ਬੂਟੀਆਂ ਕੱਢ ਕੇ, ਪਾਣੀ ਦੇ ਕੇ, ਜਦੋਂ ਉਹ ਰੌਣੀ ਕਰਨ ਯੋਗ ਤੋਂ ਬਾਅਦ ਜਦੋਂ ਵੱਤਰ ਆਉਂਦੀ ਹੈ ਤਾਂ ਬੀਜ ਪਾਉਂਦਾ, ਉਹ ਕੱਲੀ ਕਣਕ ਬੀਜਦਾ, ਪਰ ਗੋਲੀ ਡੰਡਾ ਤੇ ਆਪਣੇ ਆਪ ਹੀ ਹੋ ਜਾਂਦਾ, ਉਹਦੇ ਚ ਕਾਂ ਗਿਆਰੀ ਆਪਣੇ ਆਪ ਹੀ ਹੋ ਜਾਂਦੀ, ਉਹ ਬੀਜਦਾ ਨਹੀਂ। ਇਸ ਤਰ੍ਹਾਂ ਹੀ ਹਰ ਬੰਦਾ ਆਪਣੀ ਇਸ ਸਰੀਰ ਰੂਪੀ ਧਰਤੀ ਵਿੱਚ ਚੰਗੇ ਕਰਮ ਬੀਜਣ ਦੀ ਕੋਸ਼ਿਸ਼ ਤੇ ਕਰਦਾ, ਪਰ ਸਾਡੇ ਖਿਆਲ ਨੇ ਜਿਹੜੇ ਉਹ ਚੰਗੇ ਜਾਂ ਮਾੜੇ, ਉਹਨਾਂ ਤੇ ਸਾਡਾ ਕੋਈ ਵੱਸ ਨਹੀਂ, ਉਹ ਆਪਣੇ ਆਪ ਹੀ ਹੁੰਦੇ ਰਹਿੰਦੇ ਨੇ। ਪਰ ਗੁਰੂ ਦੇ ਗਿਆਨ ਦੁਆਰਾ ਜਿਸ ਤਰ੍ਹਾਂ ਉਹ ਕਿਸਾਨ ਫਿਰ ਰੰਬਾ ਲੈ ਕੇ ਉਹਦੀਆਂ ਜੜ੍ਹਾਂ ਪੁੱਟ ਦਿੰਦਾ, ਉਹ ਕਾਂ ਗਿਆਰੀ ਕੱਢ ਦਿੰਦਾ ਵਿੱਚੋਂ, ਇਸ ਤਰ੍ਹਾਂ ਹੀ ਗੁਰਮੁਖ ਜਿਹੜਾ ਆਪਣੇ ਭੈੜੇ ਖਿਆਲਾਂ ਨੂੰ ਅੰਦਰੋਂ ਪੁੱਟ ਦਿੰਦਾ। ਬਸ ਇਹ ਮਨ ਦੇ ਖਿਆਲਾਂ ਨੂੰ ਅੰਦਰੋਂ ਖਤਮ ਕਰ ਦੇਣਾ, ਮਨ ਮੈਂ ਮਨੁਆ ਜੇ ਮਰਿਆ ਤਾਂ ਫਿਰ ਰਾਵੈ ਨਾਰ, ਤਾਂ ਉਹ ਮਾਲਕ ਨੂੰ, ਉਹ ਪ੍ਰਭੂ ਜਿਹੜਾ ਹੈ, ਉਹ ਵਾਹਿਗੁਰੂ ਕਾ ਉਹ ਜਿਹੜਾ ਇਹ ਜੀਵਾਤਮਾ ਨੂੰ ਭੋਗਦਾ। ਇਕਤ ਤਗ ਰਲ ਮਿਲੈ ਗਲ ਮੋਤੀਨ ਕਾ ਹਾਲ ਹਾਰ, ਉਹ ਤੇ ਇਸ ਤਰ੍ਹਾਂ ਮਿਲ ਗਿਆ ਜਿਵੇਂ ਇੱਕ ਧਾਗੇ ਵਿੱਚ ਬਹੁਤ ਸਾਰੇ ਮੋਤੀ ਪਰੋ ਦਈਏ, ਉਹਨਾਂ ਦੇ ਗਲ ਹਾਰ ਕਾਹਦਾ, ਗੁਣਾ ਦਾ, ਉਸ ਗੁਣਾ ਦੇ ਹਾਰ ਉਹਨਾਂ ਚ ਇਸ ਤਰ੍ਹਾਂ ਪਰੋਏ ਗਏ ਜਿਵੇਂ ਇੱਕ ਧਾਗੇ ਵਿੱਚ ਬਹੁਤ ਸਾਰੇ ਮੋਤੀ ਪਰੋ ਦਿੰਦੇ ਹਾਂ ਅਸੀਂ।
ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ, ਇਹ ਸੁਖ ਕਿੱਥੋਂ ਪੈਦਾ ਹੋਏਗਾ? ਫਿਰ ਮਹਾਰਾਜ ਫਿਰ ਸਮਝਾਉਂਦੇ ਨੇ, ਸੰਤ ਸਭਾ ਸਾਧ ਸੰਗਤ ਵਿੱਚ ਇਹ ਸੁੱਖ ਪੈਦਾ ਉਪਜੇਗਾ। ਗੁਰਮੁਖ ਨਾਮ ਆਧਾਰ, ਤੇ ਗੁਰਮੁਖ ਬਣ ਕੇ, ਗੁਰੂ ਵਾਲਾ ਬਣ ਕੇ ਨਾਮ ਦਾ ਆਧਾਰ ਆਸਰਾ ਉਹਨਾਂ ਨੂੰ ਮਿਲਦਾ, ਉਹ ਇਹਦੇ ਨਾਲ ਜੁੜਦੇ ਨੇ। ਖਿਨ ਮੈਂ ਉਪਜੈ ਖਿਨ ਕਪੈ, ਖਿਨ ਆਵੈ ਖਿਨ ਜਾਏ, ਇਹ ਮਨ ਦੀ ਅਵਸਥਾ ਹੈ। ਮਿੰਟ ਚ ਇੱਧਰ ਤੇ ਮਿੰਟ ਚ ਉੱਧਰ ਉਪਜਦਾ ਮਿਣਸਦਾ, ਯਾਨੀ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ। ਖਿਨ ਦਾ ਮਤਲਬ ਇੱਕ ਸਕਿੰਟ ਵਿੱਚ ਆਉਂਦਾ, ਇੱਕ ਸਕਿੰਟ ਵਿੱਚ ਚਲਾ ਜਾਂਦਾ। ਸ਼ਬਦ ਪਛਾਣ ਹੈ ਰਵ ਰਹਿ ਨਾ ਤਿਸ ਕਾਲ ਸੰਤਾਏ, ਮਗਰ ਸ਼ਬਦ ਪਛਾਣ ਹੈ ਜਦੋਂ ਗੁਰੂ ਦੀ ਇਸ ਵਿਚਾਰਧਾਰਾ ਨੂੰ, ਗੁਰੂ ਦੇ ਇਸ ਉਪਦੇਸ਼ ਨੂੰ ਪਛਾਣ ਲਏਗਾ। ਰਵ ਰਹਿ ਉਦੋਂ ਫਿਰ ਜੁੜਿਆ ਰਹੇਗਾ ਇਹਦੇ ਨਾਲ, ਉਦੋਂ ਇਸ ਆਨੰਦ ਨੂੰ ਭੋਗਦਾ ਰਹੇਗਾ। ਨਾ ਤਿਸ ਕਾਲ ਸੰਤਾਏ, ਫਿਰ ਇਹਨੂੰ ਮੌਤ ਦਾ ਸਤਾਪ ਨਹੀਂ ਰਹਿੰਦਾ, ਇਹਨੂੰ ਮੌਤ ਕਿਸੇ ਕਿਸਮ ਦਾ ਕੋਈ ਦੁੱਖ ਜਿਹੜਾ ਹੈ ਇਹ ਸਮਾਂ ਵੀ ਸਤਾਉਂਦਾ ਨਹੀਂ, ਇਹਨੂੰ ਮੌਤ ਵੀ ਨਹੀਂ ਸਤਾਉਂਦਾ। ਸਾਹਿਬ ਅਤੁੱਲ ਨਾ ਤੋਲੀਐ ਕਥਨ ਨਾ ਪਾਇਆ ਜਾਏ, ਉਹ ਸਾਹਿਬ ਤੇ ਅਤੁੱਲ ਹੈ, ਉਹਨੂੰ ਕਿਸੇ ਚੀਜ਼ ਨਾਲ ਨਹੀਂ ਤੋਲਿਆ ਜਾ ਸਕਦਾ, ਤੁਲਨਾ ਨਹੀਂ ਦੇ ਸਕਦੇ ਅਸੀਂ। ਕਥਨ ਨਾ ਪਾਇਆ ਜਾਏ, ਸਿਰਫ ਕਥਨ ਨਾਲ ਗੱਲਾਂ ਕਰਨ ਨਾਲ, ਆਪਾਂ ਇੱਥੇ ਬਹਿ ਕੇ ਜੇ ਗੱਲਾਂ ਕਰਕੇ ਚਲੇ ਜਾਈਏ, ਇਹਨੇ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਉਹਨਾਂ ਨੂੰ ਧਾਰਨ ਨਾ ਕਰੀਏ ਜੋ ਮਹਾਰਾਜ ਸਾਨੂੰ ਫਾਰਮੂਲੇ ਦੇ ਰਹੇ ਨੇ, ਕਹਿੰਦੇ ਫਿਰ ਕੁਝ ਨਹੀਂ ਮਿਲੇਗਾ, ਫਿਰ ਵੀ ਕੁਝ ਨਹੀਂ ਮਿਲੇਗਾ। ਇਹ ਤੇ ਇੱਕ ਨੌਲੇਜ ਹੈ ਸਾਨੂੰ ਦੇ ਰਹੇ ਨੇ ਮਹਾਰਾਜ ਕਿ ਇੰਜ ਕਰਨਾ ਅਸੀਂ। ਹਾਂ, ਕਰਵਾਉਣ ਵਾਲਾ ਉਹ ਆਪ ਹੈ, ਕਰਵਾਉਣ ਵਾਲਾ ਵੀ ਉਹ ਆਪ ਹੀ ਹੈ, ਪਰ ਸਾਨੂੰ ਮਹਾਰਾਜ ਨੇ ਬੁੱਧੀ ਦਿੱਤੀ ਹੈ, ਦਿਮਾਗ ਦਿੱਤਾ ਹੈ, ਅਕਲ ਦਿੱਤੀ, ਤੇ ਨਾਲ ਤੁਹਾਨੂੰ ਲਿਖ ਕੇ ਵੀ ਦਿੱਤਾ ਕਿ ਇੰਜ ਕਰ ਭਾਈ, ਇੰਜ ਕਰ। ਬਾਰ 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 ਉਹ ਚੀਜ਼ ਕਰਨ ਨਾਲ ਅਸੀਂ ਵੇਖਦੇ ਹਾਂ, ਜਿਹੜੇ ਪਸ਼ੂ ਨੇ ਨਾ, ਪਸ਼ੂ ਵੀ, ਆਪਾਂ ਪਿੰਡਾਂ ਦੇ ਰਹਿਣ ਵਾਲੇ ਲੋਕ ਹਾਂ, ਪਸ਼ੂ ਵੀ ਗਿੱਜ ਜਾਂਦੇ ਨੇ। ਬਲਦ ਨੇ ਉਹ ਨੱਥ ਫੜੀ ਤੇ ਤੁਰੇ ਨੀ, ਢਿੱਲੀ ਛੱਡੀ ਭੱਜਦੇ ਨੇ, ਘੋੜੇ ਨੇ ਉਹਨੂੰ ਸਾਧਿਆ ਜਾਂਦਾ ਹੈ। ਇਹ ਮਨ ਨੂੰ ਵੀ ਤੇ ਇਸ ਲਈ ਸਾਧਣਾ ਜਾਂਦਾ, ਇਹ ਮਨ ਫਿਰ ਸਹਿਜੀ ਉਸ ਅਵਸਥਾ ਤੁਰ ਪੈਂਦਾ ਜਿਵੇਂ ਗੁਰੂ ਕਹਿੰਦਾ, ਉਸ ਗੁਰੂ ਦੱਸੇ ਮਾਰਗ ਅਨੁਸਾਰ ਮਾਰੀ ਕਹਿੰਦੇ ਜਦੋਂ ਸਹਿਜੇ ਇਹ ਪਾਇਆ ਜਾ ਸਕਦਾ। ਉਹ ਸਿਰਫ ਬਿਆਨ ਕਰੀ ਜਾਈਏ ਅਸੀਂ, ਬਿਆਨ ਕਰਨ ਨਾਲ ਆਪਣੀ ਆਪਣੀ ਬੁੱਧੀ ਦੁਆਰਾ ਜਿਵੇਂ ਮਰਜ਼ੀ ਬਿਆਨ ਕਰੀ ਜਾਈਏ, ਉਹ ਇਸ ਤਰ੍ਹਾਂ ਨਹੀਂ ਪਾਇਆ ਜਾਏਗਾ, ਪਾਇਆ ਤੇ ਪ੍ਰੈਕਟੀਕਲੀ ਕਰਕੇ ਜਾਏਗਾ। ਵਾਪਾਰੀ ਵਣਵਾਰੇ ਵਣਜਾਰਿਆ ਆਏ ਵਜੈ ਲਖਾਏ, ਵਾਪਾਰੀ ਵਣਜਾਰਿਆ ਵਪਾਰ ਕਰਨ ਆਏ, ਉਹ ਵਣਜਾਰੇ ਆਏ ਵਜੈ ਲਖਾਏ, ਵਸੈ ਹੁੰਦੀ ਤਨਖਾਹ, ਜੱਜੇ ਦੇ ਪੈਰ ਚ ਬਿੰਦੀ ਬੋਲਦੀ, ਵਜੈ ਫਾਰਸੀ ਦਾ ਲਫ਼ਜ਼ ਹੈ। ਇੱਥੇ ਮਾਰੇ ਕਹਿੰਦੇ ਉਹ ਆਪਣੀ ਤਨਖਾਹ ਲਿਖਾ ਕੇ ਲਿਆਏ, ਭਾਵ ਆਪਣੀ ਉਸ ਤੋਂ ਮਿਲੀ ਹੋਈ ਪ੍ਰਾਪਤੀ ਜਿਹੜੀ ਹੈ ਉਹ ਲਿਖਾ ਲਿਆਏ। ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜ਼ਾਏ, ਉਹ ਸੱਚ ਦੀ ਕਾਰ ਕਮਾਉਂਦੇ ਨੇ ਤੇ ਲਾਹਾ ਕਾਹਦਾ ਮਿਲਦਾ, ਉਹਦੀ ਰਜ਼ਾ, ਉਸ ਮਾਲਕ ਦੀ ਰਜ਼ਾ ਵਿੱਚ ਰਹਿ ਕੇ ਉਹਨਾਂ ਨੂੰ ਖੁਸ਼ੀ, ਉਹ ਲਾਭ ਪ੍ਰਾਪਤ ਹੁੰਦਾ। ਪੂੰਜੀ ਸੱਚੀ ਗੁਰ ਮਿਲੈ, ਜਿਹਨਾਂ ਕੋਲ ਸੱਚੀ ਪੂੰਜੀ ਨਾਮ ਦੀ ਉਹਨਾਂ ਨੂੰ ਗੁਰੂ ਮਿਲਦਾ। ਨਾ ਤਿਸ ਤਿਲ ਨਾ ਤਮਾਏ, ਕਿਉਂਕਿ ਉਸ ਮਾਲਕ ਨੂੰ ਤੇ ਕੋਈ ਤਿਲ ਜਿੰਨੀ ਵੀ ਤਮਾ ਨਹੀਂ ਹੈ, ਉਹ ਤਾਂ ਸਾਡੇ ਕੋਲੋਂ ਕੁਝ ਨਹੀਂ ਲੈਂਦਾ। ਜੇ ਅਸੀਂ ਕਹੀਏ ਕਿ ਅਸੀਂ ਇੰਨੇ ਪੈਸੇ ਦੇ ਕੇ ਗੁਰੂ ਪ੍ਰਾਪਤ ਕਰ ਲਵਾਂਗੇ, ਇੰਨੇ ਪੈਸੇ ਦੇ ਕੇ ਅਸੀਂ ਪਰਮਾਤਮਾ ਪ੍ਰਾਪਤ ਕਰ ਲਵਾਂਗੇ, ਆਹ ਚੀਜ਼ ਕਰਕੇ ਅਸੀਂ ਉਹਨੂੰ ਪ੍ਰਾਪਤ ਕਰਾਂਗੇ, ਨਹੀਂ, ਉਹਨੂੰ ਤੇ ਤਿਲ ਜਿੰਨੀ ਵੀ ਤਮਾ ਨਹੀਂ ਹੈ।
ਗੁਰਮੁਖ ਤੋੜ ਤੁਲਾਏ ਸੀ ਸੱਚ ਤਰਾਜੀ ਤੋਲਾ। ਹਾਂ, ਗੁਰੂ ਦੁਆਰਾ ਗੁਰਮੁਖ ਬਣ ਕੇ ਤੋਲ ਤੁਲਾਏ ਸੀ। ਮਾਰ ਇੱਥੇ ਹੁਣ ਦੇਖੋ, ਤੋਲਾਏ ਸੀ, ਤੱਤੇ ਨੂੰ ਹੋੜਾ ਵੀ ਹੈ, ਤੱਤੇ ਥੱਲੇ ਔਂਕੜ ਵੀ ਹੈ, ਕਿਉਂਕਿ ਤੋਲ ਨੂੰ ਪੂਰਾ ਕਰਨ ਲਈ ਇਹਦਾ ਉਚਾਰਨ ਤੁਲਾਏ ਸੀ। ਤੇ ਜਦੋਂ ਅਸੀਂ ਅਰਥ ਕਰਦੇ ਹਾਂ ਤਾਂ ਹੋੜੇ ਨਾਲ ਕਰਾਂਗੇ, ਤੋਲਾਏ ਸੀ, ਤੁਲਾ ਲੈਂਦਾ ਸੱਚ ਤਰਾਜੀ ਤੋਲ। ਉਹ ਸੱਚ ਦੀ ਤੱਕੜੀ ਵਿੱਚ ਤੋਲ ਕੇ, ਇਹ ਸੱਚ ਫਿਰ ਕੀ ਹੈ? ਆਸਾ ਮਨ ਸਾਮੋਣੀ ਗੁਰੂ ਠਾਕੀ ਸੱਚ ਬੋਲ। ਮਨ ਨੂੰ ਮੋਹ ਲੈਣ ਵਾਲੀਆਂ ਆਸ਼ਾਵਾਂ ਤੇ ਤ੍ਰਿਸ਼ਨਾਵਾਂ ਸਨ ਅੰਦਰ ਸਾਡੀਆਂ, ਉਹ ਮਨ ਨੂੰ ਭਜਾਈ ਫਿਰਦੀਆਂ ਸਨ। ਗੁਰ ਠਾਕੀ ਸੱਚ ਬੋਲ, ਗੁਰੂ ਦੇ ਸੱਚ ਬੋਲਾਂ ਦੁਆਰਾ ਉਹ ਰੋਕ ਦਿੱਤੀਆਂ। ਜਦੋਂ ਸਤਿਗੁਰੂ ਦੇ ਬੋਲ ਸਾਡੇ ਅੰਦਰ ਗੂੰਜੇ, ਇਹ ਆਸ਼ਾਵਾਂ ਤੇ ਮਨਸ਼ਾਵਾਂ ਰੁਕ ਗਈਆਂ। ਆਪ ਤੁਲਾਏ ਤੁਲਸੀ ਪੂਰੇ ਪੂਰਾ ਤੋਲਾ। ਉਹ ਆਪ ਕਿਰਪਾ ਕਰਦਾ ਇਹ ਮਹਾਰਾਜ ਕਹਿੰਦੇ, ਉਹ ਵਾਹਿਗੁਰੂ ਅਕਾਲ ਪੁਰਖ ਆਪ ਇਹ ਤੋਲ ਤੋਲਦਾ, ਕਿਉਂਕਿ ਉਹਦਾ ਤੋਲ ਫਿਰ ਪੂਰਾ ਤੋਲ ਹੈ, ਉਹ ਘੱਟ ਵੱਧ ਨਹੀਂ ਹੈ। ਕਥਨ ਹੈ ਕਹਿਣ ਨਾ ਛੁੱਟੀ ਹੈ। ਅਖੀਰ ਚ ਫਿਰ ਮਹਾਰਾਜ ਕਹਿੰਦੇ, ਇਕੱਲੇ ਕਹਿਣ ਨਾਲ, ਕਥਨ ਨਾਲ, ਬਿਆਨ ਕਰ ਦੇਣ ਨਾਲ, ਖੋਲ ਕੇ ਗੱਲਾਂ ਕਰਨ ਨਾਲ ਛੁਟਕਾਰਾ ਨਹੀਂ ਹੋਏਗਾ। ਨਾ ਪੜ ਪੁਸਤਕ ਭਾਰ, ਨਾ ਹੀ ਬਹੁਤੀਆਂ ਪੁਸਤਕਾਂ ਦੇ ਭਾਰ ਪੜ ਪੜ ਕੇ, ਕਿ ਮੈਂ ਇੰਨੀਆਂ ਪੁਸਤਕਾਂ ਪੜ ਚੁੱਕੀਆਂ, ਮੈਂ ਇੰਨੇ ਗ੍ਰੰਥਾਂ ਦੀ ਵਿਆਖਿਆ ਕਰ ਚੁੱਕਿਆ, ਮੈਂ ਇੰਨਾ ਆਹ ਕਰ ਚੁੱਕਿਆ। ਮਾਰੇ ਕਹਿੰਦੇ ਨਹੀਂ, ਇਹਦੇ ਨਾਲ ਵੀ ਸਗੋਂ ਹੰਕਾਰ ਹੀ ਵਧੇਗਾ, ਹੋਰ ਕੁਝ ਵੀ ਨਹੀਂ ਹੋਏਗਾ। ਕਾਇਆ ਸੋਚ ਨਾ ਪਾਈਐ, ਸਿਰਫ ਕਾਇਆ ਸਰੀਰ ਦੀ ਸੋਚ ਪਵਿੱਤਰਤਾ ਰੱਖਣ ਨਾਲ, ਵੀ ਸਰੀਰ ਨੂੰ ਪਵਿੱਤਰ ਰੱਖਿਆ ਬੜਾ। ਮੈਂ ਤੇ ਜੀ ਤਿੰਨ ਟਾਈਮ ਨਹਾਉਣਾ, ਮੈਂ ਤੇ ਜੀ ਹੱਥ ਵੀ ਨਹੀਂ ਲਾਉਂਦਾ ਕਿਸੇ ਚੀਜ਼ ਨੂੰ, ਇਹਨਾਂ ਚੀਜ਼ਾਂ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਕਾਇਆ ਸੋਚ ਨਾ ਪਾਈਐ, ਬਿਨ ਹਰ ਭਗਤ ਪਿਆਰ। ਉਸ ਹਰੀ ਦੀ ਭਗਤੀ ਤੇ ਪਿਆਰ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਉੱਪਰਲੀਆਂ ਚੀਜ਼ਾਂ ਨਾਲ। ਨਾਨਕ ਨਾਮ ਨਾ ਵਿਸਰੈ। ਅਖੀਰ ਚ ਫਿਰ ਮਹਾਰਾਜ ਬੇਨਤੀ ਕਰਦੇ ਨੇ, ਇਹ ਨਾਨਕ ਸਾਨੂੰ ਤੇਰਾ ਨਾਮ ਨਾ ਵਿਸਰੇ। ਮੇਲੇ ਗੁਰ ਕਰਤਾਰ। ਉਹ ਗੁਰੂ ਕਰਤਾਰ ਵਾਹਿਗੁਰੂ ਅਕਾਲ ਪੁਰਖ, ਸਾਨੂੰ ਤੇਰੇ ਨਾਮ ਦੁਆਰਾ ਹੀ ਮੇਲੀ ਰੱਖੇ। ਆਪ ਕਿਰਪਾ ਕਰੋ ਸਾਡੇ ਤੇ ਕਿ ਸਾਨੂੰ ਤੇਰਾ ਮੇਲ ਬਣਿਆ ਰਵੇ, ਉਹ ਗੁਰੂ ਕਰਤਾਰ ਨਾਲ ਸਾਡਾ ਮੇਲ ਬਣਿਆ ਰਵੇ, ਕਿਉਂਕਿ ਪ੍ਰੇਮਾ ਭਗਤੀ ਨੂੰ ਹੀ ਮਾਰੇ ਤਸੀਹ ਦਿੰਦੇ ਨੇ। ਪ੍ਰੇਮਾ ਭਗਤੀ ਤੋਂ ਬਿਨਾਂ ਉਸ ਮਾਰਗ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਰਮ ਕਾਂਡਾਂ ਦੁਆਰਾ ਮਾਰੇ ਕਹਿੰਦੇ ਉਹਨੂੰ ਪਾਇਆ ਨਹੀਂ ਜਾ ਸਕਦਾ। ਹਾਂਜੀ, ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰੂ ਪੂਰਾ ਜੇ ਮਿਲੈ, ਸਤਿਗੁਰੂ ਪੂਰਾ ਜੇ ਮਿਲੈ, ਆਈਏ ਰਤਨ ਵਿਚਾਰ, ਆਈਏ ਰਤਨ ਵਿਚਾਰ, ਮਨ ਦੀ ਜੈ ਗੁਰ ਆਪਣੇ, ਮਨ ਦੀ ਜੈ ਗੁਰ ਆਪਣੇ, ਪਾਈਐ ਸਰਬ ਪਿਆਰ, ਪਾਈਐ ਸਰਬ ਪਿਆਰ, ਮੁਕਤ ਪਦਾਰਥ ਪਾਈਐ, ਮੁਕਤ ਪਦਾਰਥ ਪਾਈਐ, ਅਵਗੁਣ ਮੇਟਣ ਹਾਰ, ਅਵਗੁਣ ਮੇਟਣ ਹਾਰ, ਪਾਈ ਰੇ ਪਾਈ ਰੇ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਪੁੱਛੇ ਬ੍ਰਹਮੈ ਨਾਰਦ, ਪੁੱਛੇ ਬ੍ਰਹਮੈ ਨਾਰਦ, ਵੇਦ ਵਿਆਸੈ ਕੋਏ, ਵੇਦ ਵਿਆਸੈ ਕੋਏ, ਰਹਾਉ ਰਹਾਉ, ਗਿਆਨ ਧਿਆਨ ਤੁਨ ਜਾਣੀਐ, ਗਿਆਨ ਧਿਆਨ ਤੁਨ ਜਾਣੀਐ, ਅਗਤ ਕਹਾ ਕਹਤ ਅਕਥ ਕਰਾ ਕਹਾਵੈ ਸੋਏ, ਅਕਥ ਕਹਾਵੈ ਸੋਏ, ਸਭ ਜੋ ਬਿਰਖ ਹਰਿ ਆਵਲਾ, ਸਭ ਜੋ ਬਿਰਖ ਹਰਿ ਆਵਲਾ, ਆਵਕ
ਘਨੇਰੀ ਹੋਏ, ਸ਼ਾਮ ਘਨੇਰੀ ਹੋਏ, ਲਾਲਚ ਵੇਹਰ ਬਾਣਗੀ, ਲਾਲਚ ਵੇਹਰ ਬਾਣਗੀ, ਗੁਰ ਭੰਡਾਰੈ ਸੋਏ, ਗੁਰ ਭੰਡਾਰੈ ਸੋਏ, ਗੁਰ ਭੰਡਾਰੈ ਪਾਈਐ, ਗੁਰ ਭੰਡਾਰੈ ਪਾਈਐ, ਨਿਰਮਲ ਨਾਮ ਪਿਆਰ, ਨਿਰਮਲ ਨਾਮ ਪਿਆਰ, ਸਾਚੂ ਵਕਰ ਸੰਜੀਐ, ਸਾਚੂ ਵਕਰ ਸੰਜੀਐ, ਪੂਰੈ ਕਰਮ ਅਪਾਰ, ਪੂਰੈ ਕਰਮ ਅਪਾਰ, ਦੁਖ ਦਾਤਾ ਦੁਖ ਮੇਟਣੋ, ਸੁਖ ਦਾਤਾ ਸੁਖ ਮੇਟਣੋ, ਸਤਿਗੁਰ ਅਸਰ ਸੰਘਾਰ, ਸਤਿਗੁਰ ਅਸਰ ਸੰਘਾਰ, ਭਵਜਨ ਵਿਗੜ ਡਰਾਵਣੋ, ਭਵਜਨ ਵਿਗੜ ਡਰਾਵਣੋ, ਨਾ ਕੰਦੀ ਨਾ ਪਾਰ, ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਬੇੜੀ ਨਾ ਤੁਲਹੜਾ, ਨਾ ਤਿਸ ਮੰਜ ਬਿਮਲਾਰ, ਨਾ ਤਿਸ ਮੰਜ ਬਿਮਲਾਰ, ਸਤਿਗੁਰ ਪੈ ਕਾ ਬੋਹਿਤਾ, ਸਤਿਗੁਰ ਪੈ ਕਾ ਬੋਹਿਤਾ, ਅਦਰੀ ਪਾਰ ਉਤਾਰ, ਅਦਰੀ ਪਾਰ ਉਤਾਰ, ਇਧਰ ਪਿਆਰਾ ਵਿਸਰੈ, ਇਧਰ ਪਿਆਰਾ ਵਿਸਰੈ, ਦੁਖ ਲਾਗੈ ਸਭੂ ਜਾਏ, ਦੁਖ ਲਾਗੈ ਸਭੂ ਜਾਏ, ਏਵਾ ਜਲੋ ਜਲਾਵਣੀ, ਏਵਾ ਜਲੋ ਜਲਾਵਣੀ, ਨਾਮ ਨਾ ਜਪੈ ਰਜਾਏ, ਨਾਮ ਨਾ ਜਪੈ ਰਸਾਏ, ਨਾਮ ਨਾ ਜਪੈ ਰਸਾਏ, ਨਾਮ ਨਾ ਜਪੈ ਰਸਾਏ, ਕੱਟ ਬਿਨ ਸਹਿ ਦੁਖ ਅਗਲੋ, ਕੱਟ ਬਿਨ ਸਹਿ ਦੁਖ ਅਗਲੋ, ਜਮ ਪਕੜੈ ਪਛਤਾਏ, ਜਮ ਪਕੜੈ ਪਛਤਾਏ, ਮੇਰੀ ਮੇਰੀ ਕਰ ਗਏ, ਮੇਰੀ ਮੇਰੀ ਕਰ ਗਏ, ਤਨ ਤਨ ਕਲਤ ਨਾ ਸਾਥ, ਤਨ ਤਨ ਕਲਤ ਨਾ ਸਾਥ, ਮੇਰ ਨਾਮੈ ਧੰਨਵਾਦ ਹੈ, ਮੇਰ ਨਾਮੈ ਧੰਨਵਾਦ ਹੈ, ਗੁਰੂ ਮਾਰਗ ਆਥ, ਗੁਰੂ ਮਾਰਗ ਆਥ, ਸਾਚੋ ਸਾਹਿਬ ਸੇਵੀਐ, ਸਾਚੋ ਸਾਹਿਬ ਸੇਵੀਐ, ਗੁਰਮੁਖਤ ਅਕਥੋ ਕਾਥ, ਗੁਰਮੁਖ ਅਕਥੋ ਕਾਥ, ਭਾਵੇ ਜਾਏ ਭਵਾਈਐ, ਭਾਵੇ ਜਾਏ ਭਵਾਈਐ, ਕਿਰਤ ਕਮਾਏ, ਕਿਰਤ ਕਮਾਏ, ਪੂਰਵ ਲਿਖਿਆ ਕਿਉਂ ਮਿਟੀਐ, ਪੂਰਵ ਲਿਖਿਆ ਕਿਉਂ ਮਿਟੀਐ, ਲਿਖਿਆ ਲੇਖਰ ਜਾਏ, ਲਿਖਿਆ ਲੇਖਰ ਜਾਏ, ਬਿਨ ਹਰ ਨਾਮ ਨਾ ਛੁੱਟੀਐ, ਬਿਨ ਹਰ ਨਾਮ ਨਾ ਛੁੱਟੀਐ, ਗੁਰਮਤਿ ਮਿਲੈ ਮਿਲਾਏ, ਗੁਰਮਤਿ ਮਿਲੈ ਮਿਲਾਏ, ਇਸ ਬਿਨ ਮੇਰਾ ਕੋ ਨਹੀਂ, ਇਸ ਬਿਨ ਮੇਰਾ ਕੋ ਨਹੀਂ, ਜਿਸ ਦਾ ਜਿਉ ਪ੍ਰਾਣ, ਜਿਸ ਦਾ ਜਿਉ ਪ੍ਰਾਣ, ਓਮੈ ਮਮਤਾ ਜਲ ਬਲੋ, ਓਮੈ ਮਮਤਾ ਜਲ ਬਲੋ, ਲੋਭ ਜਲੋ ਅਭਿਮਾਨ, ਲੋਭ ਜਲੋ ਅਭਿਮਾਨ, ਨਾਨਕ ਸ਼ਬਦ ਵਿਚਾਰੀਐ, ਨਾਨਕ ਸ਼ਬਦ ਵਿਚਾਰੀਐ, ਪਾਈਐ ਗੁਣੀ ਨਿਧਾਨ, ਪਾਈਐ ਗੁਣੀ ਨਿਧਾਨ। ਸ੍ਰੀ ਰਾਗ ਮਹੱਲਾ ਪਹਿਲਾ। ਟੁਕੜਾ ਸ੍ਰੀ ਰਾਗ ਹੈ, ਸਵੇਰ ਦਾ ਰਾਗ ਹੈ, ਆਰਾਮ ਨਾਲ ਪੜ੍ਹਨ ਵਾਲਾ ਰਾਗ ਹੈ, ਠੀਕ ਹੈ, ਜੋਸ਼ ਵਾਲਾ ਨਹੀਂ ਹੈ, ਆਨੰਦਦਾਇਕ ਰਾਗ ਹੈ। ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ, ਜੇ ਸਤਿਗੁਰ ਪੂਰੇ ਦੀ ਪ੍ਰਾਪਤੀ ਹੋ ਜਾਏ, ਜਦੋਂ ਹੋ ਜਾਂਦੀ ਮੈਂ ਕਹਿੰਦੇ ਪਾਈਐ ਰਤਨ ਵਿਚਾਰ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਸਿੱਖਿਆ ਵੀ ਰਤਨ ਜਵੇਹਰ ਮਾਣਕ ਵਰਗੀ ਮਹਿੰਗੀ, ਕਿਉਂਕਿ ਇਹਨਾਂ ਬੋਲਾਂ ਦਾ ਮੁੱਲ ਕੋਈ ਨਹੀਂ, ਤਾਂ ਮੈਂ ਕਹਿੰਦੇ ਇਹ ਰਤਨ ਪਦਾਰਥ ਨੇ, ਰਤਨੋ ਰਤਨ ਪਦਾਰਥ, ਇਹ ਜਿਹੜੇ ਰਤਨ ਨੇ ਨਾ, ਭਰਿਆ ਪਿਆ ਸਮੁੰਦਰ, ਬਹੁਤ ਸਾਗਰ ਭਰਿਆ, ਇਹ ਗੁਰੂ ਦਾ ਸਾਗਰ ਸਮੁੰਦਰ ਜੋ ਤੁਹਾਨੂੰ ਦੇ ਕੇ ਗਏ ਨੇ ਮਹਾਰਾਜ, ਇਹਦੇ ਰਤਨਾਂ ਨਾਲ ਭਰਿਆ ਪਿਆ। ਸਤਿਗੁਰ ਪੂਰਾ ਜੇ ਮਿਲੈ, ਜਦੋਂ ਅਸੀਂ ਮਨ ਬਚਨ ਕਰਮ ਕਰਕੇ ਜੇ ਸਤਿਗੁਰੂ ਜਦੋਂ ਮਿਲਦਾ,
ਪਾਈਆ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਆ ਸਰਬ ਪਿਆਰ ਤਰੀਕਾ ਕੀ ਹੈ ਮਨ ਦੀਜੈ ਮਨ ਵੇਚੈ ਸਤਿਗੁਰ ਕੈ ਪਾਸ ਇਸ ਸੇਵਕ ਕੇ ਕਾਰਜ ਰਾਸ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਦੇ ਕੇ ਵੇਖ ਤੈਨੂੰ ਸਾਰਿਆਂ ਦਾ ਪਿਆਰਾ ਉਹ ਵਾਹਿਗੁਰੂ ਅਕਾਲ ਪੁਰਖ ਸਾਰਿਆਂ ਨੂੰ ਪਿਆਰ ਕਰਨ ਵਾਲਾ ਜਿਹੜਾ ਉਹ ਮਿਲ ਜਾਏਗਾ ਮੁਕਤ ਪਦਾਰਥ ਪਾਈਐ ਅਵਗੁਣ ਮੇਟਣ ਹਾਰ ਉਹਦੇ ਵਿੱਚ ਸਮਰੱਥ ਹੈ ਉਹ ਸਾਡੇ ਔਗੁਣਾਂ ਨੂੰ ਮੇਟਣ ਦੀ ਸਮਰੱਥਾ ਰੱਖਦਾ ਹੈ ਮੇਟਣ ਹਾਰ ਹੈ ਤੇ ਮਹਾਰਾਜ ਕਹਿੰਦੇ ਜਦੋਂ ਤੂੰ ਆਪਣਾ ਮਨ ਦਏਗਾ ਮੁਕਤ ਪਦਾਰਥ ਦੁਨੀਆਂ ਦੇ ਚਾਰ ਪਦਾਰਥ ਮੰਨੇ ਗਏ ਨੇ ਧਰਮ ਅਰਥ ਕਾਮ ਮੋਕਸ਼ ਇਹ ਮੁਕਤੀ ਤੈਨੂੰ ਸਹਿਜੀ ਮਿਲ ਜਾਏਗੀ ਭਗਤਾਂ ਨੇ ਤੈਨੂੰ ਵੀ ਤਿਆਗਿਆ ਮੁਕਤ ਬਪਰੀ ਕੀ ਗਿਆਨੀਆਂ ਤਿਆਗੀ ਨਹੀਂ ਚਾਹੀਦੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ ਮੈਨੂੰ ਤੇਰੇ ਚਰਨ ਕਮਲਾਂ ਦੀ ਪ੍ਰੀਤ ਚਾਹੀਦੀ ਜਿਸ ਪਿੱਛੇ ਦੁਨੀਆਂ ਦੌੜੀ ਫਿਰਦੀ ਹੈ ਨਾ ਮਾਰੇ ਕਹਿੰਦੇ ਇਹ ਮੁਕਤ ਪਦਾਰਥ ਤੈਨੂੰ ਸਹਿਜੀ ਮਿਲ ਜਾਏਗਾ ਤੇਰੇ ਔਗਣ ਮੇਟ ਦਏਗਾ ਤੂੰ ਆਪਣਾ ਮਨ ਇੱਕ ਵਾਰ ਗੁਰੂ ਅੱਗੇ ਰੱਖ ਕੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਇੱਥੇ ਮਾਰੇ ਫਿਰ ਕਹਿੰਦੇ ਨੇ ਭਾਈ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਗੁਰ ਮੀਨ ਨੁਕਤਾ ਆਮ ਕਰਕੇ ਰਾੜਾ ਮੁਕਤਾ ਗੁਰ ਜਿੱਥੇ ਸ਼ਬਦ ਆਇਆ ਇਹ ਗੁਰ ਦਾ ਮਤਲਬ ਹੈ ਗਿਆਨ ਜਾਣਕਾਰੀ ਸਹੀ ਮਾਇਨੇ ਵਿੱਚ ਅਸੀਂ ਆਮ ਕਹਿੰਦੇ ਹਾਂ ਕਿ ਜੀ ਮੈਂ ਜੀ ਚਾਰ ਸਾਲ ਪੰਜ ਸਾਲ ਫਲਾਣੇ ਬੰਦੇ ਕੋਲੋਂ ਕੰਮ ਸਿੱਖਦਾ ਰਿਹਾ ਮੈਨੂੰ ਉਹਨੇ ਗੁਰ ਨਹੀਂ ਦਿੱਤਾ ਗੁਰ ਦਾ ਮਤਲਬ ਨੁਕਤਾ ਸਹੀ ਜ਼ਿੰਦਗੀ ਦਾ ਨੁਕਤਾ ਕੀ ਹੈ ਇਸਦੀ ਉਸ ਚੀਜ਼ ਦਾ ਪੁਆਇੰਟ ਕੀ ਸੀ ਇਸ ਕਰਕੇ ਜਦ ਤੱਕ ਅਸੀਂ ਉਸ ਪੁਆਇੰਟ ਨੂੰ ਨਹੀਂ ਸਮਝਾਂਗੇ ਉੱਪਰ ਮਹਾਰਾਜ ਦੱਸ ਆਏ ਨੇ ਕਿ ਜਦ ਤੱਕ ਮਨ ਨਹੀਂ ਦਏਗਾ ਬਾਹਰਲੇ ਕਰਮ ਕਾਂਡ ਮਨ ਅਸੀਂ ਦਿੰਦੇ ਕੋਈ ਨਹੀਂ ਕਰਮ ਕਾਂਡ ਬਹੁਤ ਕਰਦੇ ਪਏ ਹਾਂ ਤੇ ਮਿਲਦਾ ਕੁਝ ਵੀ ਨਹੀਂ ਇੱਥੇ ਮਹਾਰਾਜ ਸਮਝਾਉਂਦੇ ਪਏ ਨੇ ਸਾਨੂੰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਵਰਮੇਨ ਆਰਦੈ ਵੇਦ ਵਿਆਸੈ ਕੋਏ ਹੁਣ ਪ੍ਰਾਤਮ ਉਹਨਾਂ ਰਿਸ਼ੀਆਂ ਮੁਨੀਆਂ ਦੀ ਮਾਰੀ ਗੱਲ ਕਰਦੇ ਆ ਰਹੇ ਜਿਹਨਾਂ ਨੂੰ ਤੁਸੀਂ ਬਹੁਤ ਵੱਡੇ ਗਿਆਨਵਾਨ ਸਮਝਦੇ ਹੋ ਬਰਮੇ ਵਰਗੇ ਨਾਰਦ ਵਰਗੇ ਵੇਦ ਵਿਆਸ ਜੀ ਕਹਿੰਦੇ ਉਹਨਾਂ ਨੂੰ ਪੁੱਛ ਲਓ ਚਾਹੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਜਦ ਤੱਕ ਨੁਕਤਾ ਨਹੀਂ ਜਦ ਤੱਕ ਉਸ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਨਹੀਂ ਮਿਲਦਾ ਦੱਸਣ ਵਾਲਾ ਤਦ ਤੱਕ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਤਦ ਤੱਕ ਸਫਲਤਾ ਨਹੀਂ ਮਿਲ ਸਕਦੀ ਰਹਾਉ ਗਿਆਨ ਧਿਆਨ ਤੋਂ ਜਾਣੀਐ ਅਕਤ ਕਹਾਵੈ ਸੋਏ ਸਬਲਿਓ ਬਿਰਖ ਹਰਿਆਵਲਾ ਸ਼ਾਂਕ ਨੇਰੀ ਹੋਏ ਗਿਆਨ ਧਿਆਨ ਧੁਨ ਜਾਣੀਐ ਕਿਉਂਕਿ ਜਿਹਨਾਂ ਨੂੰ ਗੁਰੂ ਮਿਲਿਆ ਉਹਨਾਂ ਨੂੰ ਇਹ ਗਿਆਨ ਇਹ ਧਿਆਨ ਇਹ ਧੁਨ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਇਹ ਸਾਰਾ ਕੁਝ ਗੁਰੂ ਨੂੰ ਪ੍ਰਾਪਤ ਹੁੰਦਾ ਅਕਤ ਕਹਾਵੈ ਸੋਏ ਗੁਰੂ ਸਾਡੇ ਕੋਲੋਂ ਜਿਹੜਾ ਕਿ ਕਥਿਆ ਨਹੀਂ ਜਾ ਸਕਦਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਵੀ ਕਹਾ ਦਿੰਦਾ ਐਸੀ ਕਿਰਪਾ ਕਰਦਾ ਐਸੀ ਬਖਸ਼ਿਸ਼ ਕਰਦਾ ਕਿ ਸਾਨੂੰ ਉਹਦੀ ਸੋਝੀ ਹੋ ਜਾ ਦੇ ਦਿੰਦਾ ਸਫਲਿਓ ਬਿਰਖ ਹਰਿਆਵਲਾ ਗੁਰੂ ਇੱਕ ਐਸਾ ਬ੍ਰਿਸ਼ ਹੈ ਜੋ ਸਫਲਤਾ ਬਖਸ਼ਣ ਵਾਲਾ ਹੈ ਹਰਿਆਵਲਾ ਹੈ ਮਨ ਨੂੰ ਹਰਿਆ ਭਰਿਆ ਕਰ ਦੇਣ ਵਾਲਾ ਹੈ ਸ਼ਾਮ ਘਨੇਰੀ ਹੋਏ ਉਹ ਤੇ ਕਹਿੰਦੇ ਜਿਵੇਂ ਧੁੱਪ ਚੋਂ ਬੰਦਾ ਸ਼ਾਂਤ ਚ ਰਹਿ ਜਾਏ ਉਹ ਵਧੀਆ ਆਨੰਦ ਮਾਣਦਾ ਇਸ ਤਰ੍ਹਾਂ ਇਹ ਤਪਦੇ ਈਰਖਾ ਹਉਮੈ ਤ੍ਰਿਸ਼ਨਾਵਾਂ ਦੀ ਅੱਗ ਚੋਂ ਜਿਵੇਂ ਕੋਈ ਸ਼ਾਂਤ ਥੱਲੇ ਚਲਾ ਜਾਏ ਗੁਰੂ ਇੱਕ ਸ਼ਾਂਤਦਾਰ ਵਿਸ਼ ਵਰਗ ਹੈ ਲਾਲ ਜਵੇਹਰ ਮਾਨਕੀ ਗੁਰ ਭੰਡਾਰੈ ਸੋਏ ਕਹਿੰਦੇ ਗੁਰੂ ਦੇ ਭੰਡਾਰੇ ਵਿੱਚ ਨੇ ਸਾਰੀਆਂ ਚੀਜ਼ਾਂ ਇਹ ਲਾਲ ਜਵੇਹਰ ਮਾਨਕੀ ਭਾਵ ਇਹ ਸ਼ੁਭ ਗੁਣ ਨੇ ਜਿਹੜੇ
ਇਹ ਗੁਰੂ ਕੋਲੋਂ ਮਿਲਣ, ਉਹਦੇ ਭੰਡਾਰੇ ਚ ਪਏ ਨੇ। ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ, ਗੁਰੂ ਦੇ ਭੰਡਾਰੇ ਚੋਂ ਮਿਲਦਾ ਹੈ ਇਹ ਨਿਰਮਲਤਾ ਪੁੱਛਣ ਵਾਲਾ ਨਾਮ, ਜਿਹੜਾ ਪ੍ਰੇਮ ਦੁਆਰਾ ਪ੍ਰਾਪਤ ਹੁੰਦਾ ਹੈ, ਪਿਆਰ ਜਿਹਨੂੰ ਕਹਿੰਦੇ ਹਾਂ ਅਸੀਂ। ਸੱਚ ਵਕਰ ਸੱਚੀਐ ਪੂਰਾ ਕਰਮ ਅਪਾਰ, ਪੂਰੀ ਬਖਸ਼ਿਸ਼ ਜਦੋਂ ਹੁੰਦੀ ਇਹ ਸੱਚੋ ਵਖਰ, ਸੱਚੋ ਵਖਰ ਹੈ ਸੱਚੀ ਵਸਤੂ ਨਾਮ, ਉਹ ਪ੍ਰਾਪਤ ਹੁੰਦੀ। ਕੀ ਕਰੀਏ, ਸੁਖ ਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਘਾਰ, ਸਤਿਗੁਰੂ ਸਾਡੇ ਅੰਦਰੋਂ ਅਸੁਰ ਜੋ ਸਾਡੇ ਜੀਵਨ ਨੂੰ ਬੇਸੁਰਾ ਕਰਦੇ ਨੇ, ਕਾਮ ਹੈ, ਕ੍ਰੋਧ ਹੈ, ਈਰਖਾ ਹੈ, ਜੋ ਭੈੜੇ ਖਿਆਲ ਉੱਠਦੇ ਨੇ, ਕਹਿੰਦੇ ਉਹਨਾਂ ਸਾਰਿਆਂ ਦਾ ਸੰਘਾਰ ਕਰਨ ਵਾਲਾ ਹੈ। ਇਸ ਕਰਕੇ ਸੁੱਖਾਂ ਦਾ ਦਾਤਾ ਹੈ, ਦੁੱਖ ਮੇਟਣ ਵਾਲਾ ਹੈ ਸਤਿਗੁਰੂ, ਅਸਰੂ ਸੰਘਾਰ ਹੈ ਉਹ, ਤੇ ਸਾਡੇ ਜਿਹੜੇ ਸਾਡੇ ਜੀਵਨ ਨੂੰ ਬੇਸੁਰਾ ਕਰ ਦਿੰਦੇ ਨੇ ਉਹਨੂੰ ਸੁਰ ਵਿੱਚ ਕਰਨ ਵਾਲਾ ਹੈ। ਭਉ ਜਲ ਵਿਖ ਮੰਡਰਾਵਣੋ ਨਾ ਕੰਦੀ ਨਾ ਪਾਰ, ਇਹ ਭਉ ਜਲ ਹੈ, ਵਿਖ ਔਖ ਹੈ, ਡਰਾਵਣ ਹੈ, ਇਹਦਾ ਨਾ ਕੰਧੀ ਨਾ ਕੋਈ ਕੰਧਾ ਨਾ ਕੋਈ ਪਾਰ, ਇਹਦਾ ਕੰਧਾ ਨਹੀਂ ਕੋਈ ਨਜ਼ਰ ਆਉਂਦਾ, ਨਾ ਬੇੜੀ ਨਾ ਤੁਲੜਾ ਨਾ ਵਿਸ ਵੰਜ ਮਲਾਰ, ਨਾ ਇਹਦੀ ਕੋਈ ਬੇੜੀ ਹੈ ਨਾ ਤੁਲੜਾ ਹੈ ਇਹਨੂੰ ਪਾਰ ਕਰਨ ਲਈ, ਨਾ ਦਿਸ ਵੰਜ ਬਲਾ ਨਾ ਦਿਸ ਵੰਜ ਵੰਜ। ਆਮ ਕਰਕੇ ਅਸੀਂ ਦੇਖਦੇ ਹਾਂ ਕਈ ਵਾਰੀ ਆਪਣੇ ਪਿਕਚਰਾਂ 'ਚ ਦੇਖਦੇ ਹਾਂ, ਟੀ ਵੀ 'ਚ ਦਿਖਾਉਂਦੇ ਨੇ, ਆਮ ਕਰਕੇ ਡਿਸਕਵਰੀ ਵਿੱਚ ਦਿਖਾਉਂਦੇ ਨੇ ਕਿ ਜਦੋਂ ਕੋਈ ਚੀਜ਼ ਨਾ ਹੋਵੇ, ਬੇੜੀ ਨੂੰ ਚਲਾਉਣ ਵਾਸਤੇ ਚੱਕੂ ਵੀ ਕੋਲੇ ਨਾ ਹੋਵੇ, ਤਾਂ ਵੱਡੇ ਸਾਰੇ ਵੰਜ ਬਾਂਸ ਨਾਲ ਉਹਨੂੰ ਧੱਕ ਕਿਦਾਂ ਕਰ ਲੈਂਦੇ ਅੱਗੇ ਨੂੰ, ਇਹ ਟੈਂਪਰੇਰੀ, ਠੀਕ ਆ ਨਾ, ਮਿਲਾ ਨਾ ਹੀ ਮਿਲਾ ਕਰੇ ਨਾ ਕੋਈ। ਸਤਿਗੁਰ ਭੈ ਕਾ ਬੋਥਾ, ਤੇ ਸਤਿਗੁਰ ਕੀ ਹੈ, ਇਸ ਭਵ ਜਲ ਜਿਹਦੇ ਚੋਂ ਭੈ ਲੱਗਦਾ, ਜਿਹਦੇ ਚੋਂ ਡਰ ਲੱਗਦਾ, ਇਹਦਾ ਜਹਾਜ਼ ਹੈ ਬੋਥਾ। ਸਤਿਗੁਰ ਭੈ ਕਾ ਬੋਥਾ ਨਦਰੀ ਪਾਰ ਉਤਾਰ, ਉਹ ਆਪਣੀ ਇੱਕੋ ਨਦਰ ਨਾਲ ਹੀ ਇਸ ਭਵ ਜਲ ਤੋਂ ਪਾਰ ਕਰਨ ਦੀ ਸਮਰੱਥਾ ਰੱਖਦਾ ਹੈ। ਸਤਿਗੁਰੂ ਚ ਇੰਨੀ ਬੇਅੰਤ ਸ਼ਕਤੀ ਦਾ ਮਾਲਕ ਹੈ, ਸਤਿਗੁਰੂ ਜੀ ਦੇ ਨਦਰ ਕਰਦਾ ਹੈ ਤੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਸਾਗਰ ਤੋਂ ਪਾਰ ਕਰਨ ਦਾ ਮਲਾਹ ਦਾ ਕੰਮ ਕਰ ਦਿੰਦਾ ਉਹਦੀ ਇੱਕੋ ਨਦਰ। ਇੱਕ ਤਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ, ਹਾਂ ਪਾਤਸ਼ਾਹ ਕਹਿੰਦੇ ਜੀ ਇੱਕ ਤਿਲ ਅੱਖ ਪਲਕਣ ਜਿੰਨਾ ਸਮਾਂ ਵੀ ਉਹ ਪਿਆਰਾ ਸਾਨੂੰ ਵਿਸਰਦਾ ਸਾਨੂੰ ਤੇ ਉਦੋਂ ਹੀ ਦੁੱਖ ਲੱਗਦਾ ਇਹ ਸੁੱਖ ਉਦੋਂ ਚਲੇ ਜਾਂਦੇ ਨੇ। ਜੇ ਬਾਜਲੋ ਜਲਾਵਣੀ ਨਾਮ ਨਾ ਜਪੈ ਰਸਾਏ, ਇਹ ਜੀਭਾ ਜਲ ਕਿਉਂ ਨਹੀਂ ਜਾਂਦੀ ਜਿਹੜੀ ਨਾਮ ਨਹੀਂ ਜਪਦੀ ਰਸ ਨਾਲ ਪ੍ਰੇਮ ਨਾਲ, ਇਹ ਜਲ ਕਿਉਂ ਨਹੀਂ ਜਾਂਦੀ। ਘੱਟ ਬਿਣਸੈ ਦੁੱਖ ਅਗਲੋ, ਘੱਟ ਬਿਣਸੈ ਇਹ ਸਰੀਰ ਰੂਪੀ ਘੜਾ ਬਿਣਸ ਰਿਹਾ, ਕਹਿੰਦੇ ਦੁੱਖ ਨੇ ਤਾਂ ਘੱਟਦਾ ਜਾ ਰਿਹਾ, ਸਰੀਰ ਸਾਡਾ ਹਰ ਰੋਜ਼ ਘੱਟ ਰਹੇ, ਜਿਵੇਂ ਘੜੇ ਚੋਂ ਪਾਣੀ ਥੋੜਾ ਥੋੜਾ ਕਰਕੇ ਸਿਮਦਾ ਸਿਮਦਾ ਨਿਕਲ ਜਾਂਦਾ ਹੈ, ਕਹਿੰਦੇ ਘੱਟ ਬਿਣਸੈ ਦੁੱਖ ਅਗਲੋ ਜਮ ਪਕੜੈ ਪਛਤਾਏ, ਜਦ ਨੂੰ ਜਾਵਾਂ ਪਕੜਦਾ ਮੌਤ ਆ ਪਕੜਦੀ ਹੈ ਤੇ ਫਿਰ ਇਹਦੇ ਕੋਲ ਪਛਤਾਵਾ ਰਹਿੰਦਾ ਹੈ ਕਿ ਮੈਂ ਸਮਾਂ ਆਪਣਾ ਵਿਅਰਥ ਕਰ ਦਿੱਤਾ। ਮੇਰੀ ਮੇਰੀ ਕਰ ਗਏ ਤਨ ਤਨ ਸਾਥ, ਮਗਰ ਬੜੇ ਲੋਕ ਮੇਰੀ ਮੇਰੀ ਕਰਕੇ ਗਏ ਨੇ ਇੱਥੇ, ਨਾ ਵਾਲੇ ਤਨ ਨਾਲ ਸਾਥ ਗਿਆ, ਜੋ ਤਨ ਉਪਜੋ ਸੰਗ ਸੋ ਵੀ ਸੰਗ ਨਾ ਹੋਵਾ, ਨਾ ਧਨ ਸਾਥ ਗਿਆ, ਨਾ ਕਲਤ ਇਸਤਰੀ ਟੱਬਰ ਪਰਿਵਾਰ ਕੋਈ ਵੀ ਸਾਥ ਨਾ ਗਿਆ, ਬਿਨ ਨਾਮ ਹੈ ਧਨ ਬਾਦ ਹੈ, ਨਾਮ ਤੋਂ ਬਿਨਾ ਮਾਲਕ ਨੇ ਸਾਰਾ ਕੁਝ ਬਾਦ ਹੈ ਫਜ਼ੂਲ ਹੈ। ਭੁੱਲੋ ਮਾਰਗ ਆਥ, ਇਹ ਮਾਇਆ ਦੇ ਰਸਤੇ ਤੇ ਪੈ ਕੇ ਭੁੱਲ ਬੈਠਾ ਸਾਰਾ ਕੁਛ, ਇਹ ਮਾਇਆ ਮਮਤਾ ਮੋਹਣੀ ਜੇ ਬਿਨ ਦੰਤਾ ਜਗ ਖਾਇਆ, ਸ਼ੱਕ ਨਹੀਂ ਭੁੱਲ ਗਿਆ ਬੰਦਾ ਇਸ ਗੱਲ ਨੂੰ, ਉਹ ਸਮਝ ਗਿਆ ਨਹੀਂ ਮਾਇਆ ਹੀ ਸਭ ਕੁਝ ਹੈ ਜੀ।
ਸਾਚੂ ਸਾਹਿਬ ਸੇਵੀਐ ਗੁਰਮੁਖ ਕਥੋ ਕਾਥ। ਕੀ ਕਰਨਾ ਕਰੀਏ, ਸੱਚੇ ਸਾਹਿਬ ਨੂੰ ਸਿਮਰਨਾ ਕਰੋ, ਗੁਰਮੁਖ ਗੁਰੂ ਵਾਲਾ ਬਣ ਕੇ ਗੁਰੂ ਦਾ ਅਨੁਸਾਰੀ ਹੋ ਕੇ ਜੋ ਕਿ ਅਕਥ ਹੈ ਉਹਨੂੰ ਕੱਸ ਸਕਦਾ ਹੈ ਤਾਂ ਬਿਆਨ ਕਰ ਸਕਦਾ, ਤੂੰ ਸਮਝ ਸਕਦਾ, ਤੂੰ ਜਾਣ ਸਕਦਾ ਜਦੋਂ ਗੁਰੂ ਦਾ ਅਨੁਸਾਰੀ ਹੋ ਕੇ ਚੱਲੇਗਾ। ਆਵੈ ਜਾਏ ਭਵਾਈਐ ਪਿਆ ਕਿਰਤ ਕਮਾਏ, ਆਵੈ ਜਾਏ ਭਵਾਈਐ ਆਉਂਦਾ ਜਾਂਦਾ ਘੁਆੜੀਆਂ ਖਾਂਦਾ ਭਾਵ ਜੰਮਦਾ ਮਰਦਾ ਚੱਕਰ ਚ ਵਿਆਹ ਹੋਇਆ। ਪਿਆ ਕਿਰਤ ਕਿਉਂਕਿ ਉਹਦੀ ਸੁਭਾਅ ਬਣ ਗਿਆ ਬਾਰ ਬਾਰ ਕੰਮ ਕਰਨ ਦਾ। ਜਿਸ ਬੰਦੇ ਦਾ ਝੂਠ ਬੋਲਣ ਦਾ ਸੁਭਾਅ ਬਣ ਜਾਏ ਨਾ, ਜਿਸ ਬੰਦੇ ਨੂੰ ਚੁਗਲੀ ਕਰਨ ਦਾ ਸੁਭਾਅ ਬਣ ਜਾਏ। ਆਮ ਕਰਕੇ ਆਪਾਂ ਪਿੰਡਾਂ ਦੇ ਲੋਕ ਸਮਝਦੇ ਹਾਂ ਇਹ ਗੱਲ ਨੂੰ ਕਿ ਜਿਹੜੇ ਡੰਗਰ ਨੂੰ ਰੱਸੇ ਚੱਪਣ ਦੀ ਆਦਤ ਪੈ ਜਾਏ ਨਾ, ਉਹਦੇ ਅੱਗੇ ਚਾਹੇ ਜਿੰਨਾ ਮਰਜ਼ੀ ਵਧੀਆ ਦਾਣਾ ਪਾਓ ਉਹਨੇ ਰੱਸੇ ਚੱਪਣੇ ਚੱਪਣੇ। ਢਾਡੀ ਇਹ ਗੱਲ ਨੂੰ ਬੜੇ ਵਧੀਆ ਬਿਆਨ ਕਰਦੇ ਹੋ ਕਿ ਟੁੱਟੇ ਦਿਲਾਂ ਨੂੰ ਜੇਕਰ ਜੋੜੀਏ ਨਾ, ਫਰਕ ਪੈਂਦਿਆਂ ਪੈ ਜਾਂਦੇ, ਚੁਗਲਖੋਰ ਨਾ ਚੁਗਲੀਓਂ ਬਾਝ ਆਉਂਦੇ, ਗੱਲ ਕਹਿੰਦਿਆਂ ਪੈ ਜਾਂਦੇ। ਉਹ ਸੁਭਾਅ ਬਣ ਗਿਆ ਸਾਡਾ ਨਿੰਦਾ ਕਰਨ ਦਾ, ਈਰਖਾ ਕਰਨ ਦਾ, ਵਿਕਾਰਾਂ ਵੱਲੋਂ ਜਾਣ ਦਾ। ਜਿਹੜਾ ਸੁਭਾਅ ਬਣ ਜਾਏ ਬੰਦੇ ਦਾ ਉਹ ਬਣਦਾ ਰਹਿੰਦਾ ਕਿ ਪਿਆ ਕਿਰਤ ਕਮਾਏ। ਤਾਂ ਹੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਅੱਗੇ ਜਾ ਕੇ ਉਹਨਾਂ ਦੇ ਸ਼ਬਦ ਆਉਣਗੇ ਕਿ ਕਿਰਤ ਕਰਮ ਕੇ ਵਿਛੜੇ। ਅਸੀਂ ਸਾਡੀ ਕਿਰਤ ਤੇ ਕਰਮ ਜੋ ਸਾਡੇ ਸੁਭਾਅ ਬਣ ਗਏ ਕਰ ਕਰਕੇ ਕਰਮ, ਉਹਨਾਂ ਕਰਕੇ ਸਾਡਾ ਤੇਰੇ ਤੋਂ ਵਿਛੋੜਾ ਹੋ ਗਿਆ। ਕਰ ਕਿਰਪਾ ਮੇਲੋ ਰਾਮ, ਤੁਸੀਂ ਕਿਰਪਾ ਕਰੋ। ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਆ ਕਿਰਤ ਕਮਾਏ, ਜੋ ਉਹਨਾਂ ਬਾਰ ਬਾਰ ਉਹ ਕਿਰਤ ਬਣ ਗਈ ਉਹਦੀ ਉਹ ਕਮਾਉਂਦਾ। ਪੂਰਬ ਲਿਖਿਆ ਕਿਉਂ ਮੇਟੀ ਹੈ, ਲਿਖਿਆ ਲੇਖ ਰਜ਼ਾਏ, ਕਿਉਂਕਿ ਉਹਦੀ ਰਜ਼ਾ ਦੁਆਰਾ ਉਸ ਮਾਲਕ ਨੂੰ ਲਿਖਿਆ ਹੋਇਆ ਲੇਖ ਜੋ ਮੱਥੇ ਤੇ ਇੱਕ ਵਾਰੀ ਬਹਿ ਗਈ ਗੱਲ, ਕਹਿੰਦੇ ਕਿਵੇਂ ਮੇਟੀ ਜਾ ਸਕਦੀ ਹੈ। ਬਿਨ ਹਰ ਨਾਮ ਨਾ ਛੁੱਟੀ ਹੈ, ਗੁਰਮਤ ਮਿਲਾ ਮਿਲਾਏ, ਨਾਮ ਤੋਂ ਬਿਨਾਂ ਮਰੇ ਕੋਈ ਛੁਟਕਾਰਾ ਨਹੀਂ ਹੋ ਸਕਦਾ। ਗੁਰਮਤ ਗੁਰੂ ਦੀ ਮਤ ਦੁਆਰਾ ਮਿਲੇ ਮਿਲਦਾ ਮਿਲਾਏ ਸਾਨੂੰ ਮਿਲਾ ਦਿੰਦਾ ਗੁਰੂ। ਗੁਰੂ ਦੀ ਮਤ ਲੈ ਕੇ ਹੀ ਸਾਨੂੰ ਗੁਰੂ ਮਿਲਦਾ ਤੇ ਗੁਰੂ ਫਿਰ ਸਾਨੂੰ ਉਸ ਮਾਲਕ ਨਾਲ ਮਿਲਾ ਦਿੰਦਾ ਜੁੜਦਾ। ਤਿਸ ਬਿਨ ਮੇਰਾ ਕੋ ਨਹੀਂ, ਜਿਸ ਕਾ ਜੀਓ ਪ੍ਰਾਨ। ਗੁਰੂ ਨਾਨਕ ਪਾਤਸ਼ਾਹ ਮਾਲਕ ਨੇ ਮੇਰਾ ਉਹਦੇ ਤੋਂ ਬਿਨਾਂ ਹੈ ਹੀ ਕੋਈ ਨੀ। ਇਹ ਜੀਓ ਜੀਵਾਤਮਾ, ਇਹ ਪ੍ਰਾਣ ਸਵਾਸ ਜੋ ਚੱਲਦੇ ਪਏ ਨੇ, ਇਹ ਵੀ ਉਹਦੇ ਨੇ ਜਿਹਦੇ ਕਰਕੇ ਜੀਵਨ ਹੈ। ਹਉਮੈ ਮਮਤਾ ਜਲ ਬਲੋ ਲੋਭ ਚਲੋ ਅਭਿਮਾਨ, ਹਉਮੈ ਮੈਂ ਮੇਰੀ ਮਮਤਾ ਅਪਣਤ, ਆ ਵੀ ਮੇਰਾ ਹੈ ਉਹ ਵੀ ਮੇਰਾ ਹੈ। ਜਲ ਬਲੋ ਕਹਿੰਦੇ ਜਲ ਬਲੋ ਭਾਵ ਖਤਮ ਹੋ ਗਏ, ਲੋਭ ਚਲੋ ਅਭਿਮਾਨ ਲੋਭ ਵਿੱਚ ਚੜ ਰਿਹਾ, ਅਹੰਕਾਰ ਵਿੱਚ ਜਲ ਰਿਹਾ। ਨਾਨਕ ਸ਼ਬਦ ਵਿਚਾਰੀਐ ਹੈ, ਤੇ ਪਾਤਸ਼ਾਹ ਕਹਿੰਦੇ ਇਹ ਜਲਣਾ ਤੇਰਾ ਤਾਂ ਹੀ ਖਤਮ ਹੋ ਸਕਦਾ ਜਦੋਂ ਤੂੰ ਸ਼ਬਦ ਦੀ ਵਿਚਾਰ ਕਰੇਗਾ। ਇੰਜ ਕਰਨਾ ਕਰੀਏ ਭਾਈ, ਵਿਚਾਰੀਐ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ। ਜਦੋਂ ਸ਼ਬਦ ਦੀ ਵਿਚਾਰ ਕਰੇਗਾ ਤੇ ਉਹ ਗੁਣਾਂ ਦੇ ਖਜ਼ਾਨੇ ਨੂੰ ਪਾ ਲਏਗਾ। ਸਹੀ ਮਨ ਵਿੱਚ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ। ਸਿੱਖੀ ਹੈ ਹੀ ਉਸ ਮਾਲਕ ਦੇ ਗੁਣਾਂ ਦੀ ਵਿਚਾਰ ਨਾਲ ਸਾਂਝ ਪਾਉਣੀ ਹੈ। ਪਾਤਸ਼ਾਹ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਜੇ ਤੂੰ ਉਸ ਖਜ਼ਾਨੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਤਾਂ ਫਿਰ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਤੇ ਆਪਣਾ ਜੀਵਨ ਉਪਜਾ ਬਣਾ। ਸੋ ਸਮਾਂ ਜਿਹੜਾ ਹੈ ਉਹ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ। ਹੁਣ ਤੱਕ ਆਪਾਂ 59 59 ਅੰਕ ਤੱਕ ਮੇਰੇ ਰਾਮ।
ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰਾ ਆਸਰਾ ਟੀਵੀ ਵੱਲੋਂ ਸਿੱਖ ਪੰਥ ਵਿੱਚੋਂ ਸਾਖੀਆਂ ਸੁਣਾਉਣ ਅਤੇ ਸੁਣਨ ਦੀ ਪਰੰਪਰਾ, ਜੋ ਕਿ ਸਮੇਂ ਦੇ ਪ੍ਰਭਾਵਾਂ, ਰੀਤਾਂ ਰਿਵਾਜ਼ਾਂ ਅਤੇ ਸਮਾਜਿਕ ਰੁਝੇਵਿਆਂ ਕਾਰਨ ਖਤਮ ਹੋ ਰਹੀ ਹੈ, ਨੂੰ ਮੁੜ ਸੁਰਜੀਤ ਕਰਨ ਲਈ ਪ੍ਰੋਗਰਾਮ ਸਤਿਗੁਰ ਸੱਚ ਸਾਖੀਆਂ ਸ਼ੁਰੂ ਕੀਤਾ ਜਾ ਰਿਹਾ ਹੈ। ਸੋ ਆਓ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਇਸ ਨਾਲ ਜੋੜੀਏ, ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸਿੱਖੀ ਦੇ ਗੌਰਵਮਈ ਮੁਜੱਸਮੇ ਬਣਾ ਕੇ ਸੰਸਾਰ ਅੱਗੇ ਪੇਸ਼ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।